ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, मैं खुशबू और आप देख रहे हैं प्राइम न्यूज 24। गुरदासपुर से कुछ खास न्यूज। खेतों में लगी ढीली बिजली की हाई वोल्टेज तारों से करंट लगने पर दो महिलाएं बुरी तरह झुलस गईं। इलाज के लिए उन्हें सिविल अस्पताल बटाला लाया गया, लेकिन डॉक्टरों ने उनकी गंभीर हालत को देखते हुए बेहतर इलाज के लिए गुरु नानक देव अस्पताल अमृतसर रेफर कर दिया। सिविल अस्पताल बटाला में बटाला गुरदासपुर रोड पर गाँव दयालगढ़ के रहने वाले जोबन ने बताया कि उनके जठेरों की जगह गाँव बलपुरिया में है। वीरवार को वहां मेला लगा था, जिसमें बिरादरी के लोग शामिल होने के लिए आए थे। उसने बताया कि मेरी माँ, मम्मी और ताई परमजीत कौर के साथ परिवार के लोग मेले में शामिल होकर वापस घर लौट रहे थे। जल्दी घर पहुंचने के लिए उन्होंने खेतों से होते हुए शॉर्टकट रास्ता अपनाया था। जब वे सभी जा रहे थे तो पहले से ही खेतों में ढीली बिजली की हाई वोल्टेज तारे किसी को दिखाई नहीं दी। मेरी माँ और ताई तारों के चपेट में आ गई, जिससे दोनों को जोरदार करंट लगा। किसी तरह दोनों को तारों से अलग कर दिया गया। इलाज के लिए सिविल अस्पताल लेकर आए। सिविल की इमरजेंसी में डॉक्टर अरविंदर शर्मा ने बताया कि दोनों महिलाओं को जबरदस्त करंट लगा है, जिससे दोनों बुरी तरह झुलस गई हैं और शरीर के अंगों को भारी क्षति पहुंची है। इलाज के लिए उन्हें अमृतसर रेफर कर दिया गया है। वहीं जख्मी महिलाओं के गांव वालों का कहना था कि उनकी तरफ से बिजली विभाग खेतों के मालिक पर पुलिस कार्रवाई की जाए, क्योंकि उनकी लापरवाही के कारण ही हादसा सामने आया है। प्राइम न्यूज 24 के लिए गुरदासपुर से जतेंद्र कुंडल की रिपोर्ट। ਸਾਡੇ ਕੋਲ ਮਰੀਜ਼ ਆਇਆ ਹੈ, ਪੰਮੀ ਨਾਂ ਦਾ ਲੇਡੀ ਆਏ ਆ। ਉਮਰ ਤਕਰੀਬਨ ਕੋਈ 40 ਸਾਲ ਦੀ ਉਮਰ ਹੈਗੀ ਇਹਨਾਂ ਦੀ। ਇਹਨਾਂ ਨੂੰ ਇਲੈਕਟ੍ਰਿਕ ਬਰਨ ਹੋਇਆ ਹੋਇਆ ਹੈ। ਇਹਨਾਂ ਦੇ ਮੁਤਾਬਕ ਇਹ ਕਿਤੇ ਖੇਤਾਂ ਵਿੱਚ ਆਪਣੇ ਲੰਗਰ ਦੇ ਲਈ ਗਏ ਸੀਗੇ ਅਤੇ ਉਹਦੇ ਦੌਰਾਨ ਇਹਨਾਂ ਨੂੰ ਕਰੰਟ ਲੱਗਿਆ ਹੈ ਅਤੇ ਉਹਨਾਂ ਨੂੰ ਵੈਸੇ ਤਾਂ ਹੋਸ਼ ਵਿੱਚ ਹੈਗੇ ਨੇ, ਪਰ ਉਹਨਾਂ ਦਾ ਉੱਪਰਲਾ ਧੜ ਜਿਹੜਾ ਹੈ ਖਲੋ ਚੁੱਕਾ ਹੈ ਅਤੇ ਉਹਨਾਂ ਦਾ ਜਿਹੜਾ ਸੱਜਾ ਹੱਥ ਹੈ ਉਹ ਵੀ ਪੂਰੀ ਤਰ੍ਹਾਂ ਸੜ ਚੁੱਕਾ ਹੈ ਵਰਨ ਦੇ ਕਰਕੇ। ਉਹਨਾਂ ਨੂੰ ਫਿਲਹਾਲ ਦੀ ਘੜੀ ਆਪਾਂ ਇੱਥੇ ਇਲਾਜ ਵਿੱਚ ਸ਼ੁਰੂ ਕੀਤਾ ਹੋਇਆ ਉਹਨਾਂ ਦਾ, ਅਤੇ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਬਟਾਲੇ ਵਿੱਚ ਹੀ ਉਹਨਾਂ ਦਾ ਇਲਾਜ ਚੱਲ ਰਿਹਾ। ਅਤੇ ਸਰ ਕਿੰਨੀਆਂ ਇੱਕ ਉਹ ਲੇਡੀ ਅਤੇ ਦੋ ਨੇ? ਇੱਕ ਹੀ ਲੇਡੀ ਆਈ ਹੋਈ ਆ, ਇੱਕ ਹੀ ਉਹਨਾਂ ਦਾ ਨਾਮ ਹੈ ਪੰਮੀ ਅਤੇ ਇਹ ਵਾਸੀ ਨੇ ਦਿਆਲਗੜ੍ਹ ਦੇ। ਅਤੇ ਇਹਨਾਂ ਨੂੰ ਜੋ ਵਾਕਾ ਹੋਇਆ ਹੋਇਆ ਇਹ ਬਲਪੁਰੀਆਂ ਹੋਇਆ ਹੋਇਆ। ਹਾਂਜੀ, ਠੀਕ ਹੈ। ਪਿੰਡ ਦਿਆਲਗੜ੍ਹ ਆ, ਸਾਡੇ ਲਾਗੇ ਦਾਦੇ ਬਰਾਦੇ ਰਹਿੰਦੇ ਆ। ਅੱਜ ਇਹਨਾਂ ਆਪਣੇ ਘਰੋਂ ਲੰਗਰ ਪਕਾ ਕੇ ਉੱਥੇ ਜਗ੍ਹਾ 'ਤੇ ਖੜਿਆ ਸੀ ਬਲਪੁਰੀਆਂ। ਜਦੋਂ ਬਲਪੁਰੀਆਂ ਗਏ ਉੱਥੋਂ ਬਾਅਦ 'ਚ ਇਹਨਾਂ ਨੂੰ ਫੋਨ ਆਇਆ ਕਿ ਬੱਤੀ ਦੀਆਂ ਤਾਰਾਂ ਬਹੁਤ ਥੱਲੇ ਜਾ ਰਹੀਆਂ ਸੀ, ਮੋਟਰ ਜਿੰਨੇ ਦੇ ਉੱਥੇ ਚੱਲਦੀਆਂ ਨੇ ਕਿ ਸਿਰ ਦੇ ਥੱਲੇ ਹੀ ਮਤਲਬ ਲਾਗੋਂ ਦੀ ਕੋਈ ਵੱਟ ਬੰਨਾ ਥੋੜ੍ਹਾ ਜਿਹਾ ਹੀ ਉਹਦੇ ਲਾਗੋਂ ਦੀ ਜਗ੍ਹਾ 'ਤੇ ਜਾਂਦੇ ਸੀ ਪਏ ਸੀ। ਜਦੋਂ ਜਗ੍ਹਾ 'ਤੇ ਜਾ ਰਹੇ ਸੀ ਅਤੇ ਅਚਾਨਕ ਉਹ ਤਿਲਕ ਕੇ ਜੇ ਕਿੱਦਾਂ ਉਹਨਾਂ ਦਾ ਹੱਥ ਬੱਤੀ ਵਾਲੀ ਤਾਰ 'ਤੇ ਪੈ ਗਿਆ, ਸਾਰੀ ਬਾਂਹ ਵੀ ਡੈਮੇਜ ਹੋ ਗਈ ਆ, ਹੱਥ ਸਾਰਾ ਸੜ ਗਿਆ ਵਾ। ਅਸੀਂ ਇਹ ਚਾਹੁੰਦੇ ਹਾਂ ਕਿ ਜਿਨ੍ਹਾਂ ਦੀਆਂ ਉੱਥੇ ਮੋਟਰਾਂ ਨੇ, ਜਿਨ੍ਹਾਂ ਦੀਆਂ ਬੰਬੀਆਂ ਬੱਤੀ ਜਾ ਰਹੀ ਆ, ਉਹ ਕਿੰਨਿਆਂ ਦਿਨਾਂ ਤੋਂ ਡਿੱਗੀ ਪਈ, ਉਹਨਾਂ ਬੱਤੀ ਵਾਲੇ ਨੂੰ ਕੰਪਲੇਟ ਨਹੀਂ ਕੀਤੀ ਕਿ ਇਹਨੂੰ ਖੜਿਆ ਕਰੋ ਜਾਂ ਸਾਡੀ ਬੱਤੀ ਬੰਦ ਕਰੋ, ਜਾਂ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਕਿ ਅਸੀਂ ਉਹਨਾਂ ਜੱਟਾਂ 'ਤੇ ਵੀ ਕਾਰਵਾਈ ਕਰਾਂਗੇ ਅਤੇ ਬੱਤੀ ਵਾਲਿਆਂ 'ਤੇ ਵੀ ਕਾਰਵਾਈ ਕਰਾਂਗੇ। ਆਹ ਇੰਨਾ ਨੁਕਸਾਨ ਹੋ ਗਿਆ, ਕਿਉਂਕਿ ਮਹਾਂ ਜਾਨ ਬੱਚੀ ਦੀ ਬਾਂਹ ਵੀ ਸਾਰੀ ਸੜ ਗਈ ਹੋਈ ਆ। ਮੇਰਾ ਪਿੰਡ ਦਿਆਲਗੜ੍ਹ ਆ, ਠੀਕ ਆ। ਜਦੋਂ ਸਾਨੂੰ ਇਹ ਖਬਰ ਲੱਗੀ ਅਸੀਂ ਉਸੇ ਵੇਲੇ ਉੱਥੇ ਹਸਪਤਾਲ ਕੀ ਕਰਨਗੇ ਆਪਾਂ? ਹਾਂਜੀ, ਉੱਥੇ ਲੰਗਰ ਲੈ ਕੇ ਗਏ ਸੀ, ਜਠੇਰੇ ਪੂਜਣ ਵਾਸਤੇ ਗਏ, ਜਿੱਦਾਂ ਮਤਲਬ ਇਹ ਕੌਮ ਪੂਜਦੀ ਹੈਗੀ ਆ। ਠੀਕ ਹੈ ਜੀ, ਅਸੀਂ ਉਹਨਾਂ 'ਤੇ ਪੂਰੀ ਕਾਰਵਾਈ ਕਰਾਂਗੇ, ਬੱਤੀ ਵਾਲਿਆਂ 'ਤੇ ਵੀ ਕਰਾਂਗੇ ਅਤੇ ਉਹਨਾਂ ਜਿਨ੍ਹਾਂ ਦੀਆਂ ਪੈਲੀ ਦੇ ਵਿੱਚ ਜਗ੍ਹਾ ਵਾ, ਜਿਨ੍ਹਾਂ ਦੇ ਨਾਲ ਮੋਟਰਾਂ, ਉਹਨਾਂ 'ਤੇ ਪੂਰੀ ਕਾਰਵਾਈ ਕਰਾਂਗੇ। ਠੀਕ ਹੈ ਜੀ। ਅਤੇ ਉੱਥੇ ਫਿਰ ਨਾ ਉੱਥੇ ਭਾਅ ਜੀ ਦਾ ਉਹ ਜਾ ਕੇ ਮੱਥਾ ਟੇਕ ਆਏ ਆ ਅਤੇ 10-12 ਜਣੇ ਲੰਘੇ ਜੀ ਥੱਲੋ ਜੀ ਤਾਰ ਦੇ, ਅਤੇ ਮੰਮੀ ਕਿਤੇ ਲੱਗੇ ਲੰਗਰ, ਮੰਮੀ ਲੰਗਰ ਲੱਗੇ ਜੀ। ਅਤੇ ਉਹ ਫਿਰ ਹੋਇਆ ਕਿ ਮੰਮੀ ਦੇ ਪੈਰ ਤੁਰਟ ਗਿਆ ਵੱਲ ਤੋਂ, ਪਤਾ ਹੱਥ ਚੜ ਗਿਆ ਸੀ, ਤਾਰ ਨੂੰ ਪੈ ਗਿਆ ਅਤੇ ਉਹ ਫਿਰ ਕਰ ਇਸ ਕਾਰਨ ਮੰਮੀ ਦਾ ਹੱਥ ਨਹੀਂ ਲੱਥਾ, ਉੱਥੋਂ ਫਿਰ ਮੈਂ ਭੱਜ ਕੇ ਗਿਆ। ਅਤੇ ਕਿੰਨੇ ਜਣਿਆਂ ਨੂੰ ਕਰੰਟ ਪਿਆ? 2 ਜਣਿਆਂ ਨੂੰ ਪਿਆ। ਅਤੇ ਕਿਹਨੂੰ ਪਿਆ ਤੁਹਾਡਾ? ਦੋਵੇਂ ਲੇਡੀ ਜੀ, ਦੋਵੇਂ ਲੇਡੀ। ਹਾਂਜੀ, ਉਹਦੇ ਲੱਤ ਨੂੰ ਪਿਆ ਜਿੱਥੇ ਲੱਤ ਨੂੰ, ਲੱਤ ਨੂੰ ਮਾਤਾ ਜੀ ਸਾਰੀ ਬਾਂਹ ਲੱਗੀ ਜੀ।